ਇਹਨਾਂ ਦੇ ਨਾ ਵੀਰ ਜੀ ਪਾਥਰੀਆਂ ਦੀਆਂ ਪੇਟ 'ਚ ਇਹਨਾਂ ਨੇ ਪੀਤਾ ਕਢਵਾਇਆ ਸੀਗਾ ਨਾਭਿਓਂ, ਉਹ ਪਾਥਰੀ ਕੱਢੀ ਨਹੀਂ ਹੈਗੀ ਨਾ ਸਾਨੂੰ ਦੱਸਿਆ, ਉਹਦੀ ਮਾਰ ਜਦੋਂ ਅਸੀਂ ਸਟੈਂਟ ਕਢਵਾਇਆ ਸਾਰੀ ਬੋਡੀ 'ਚ ਇਨਫੈਕਸ਼ਨ ਫੈਲ ਗਿਆ। ਉਦੋਂ ਬਾਅਦ 'ਚ ਅਸੀਂ ਅਮਰ ਹੋਸਪਿਟਲ 'ਚ ਚਲੇ ਗਏ, ਅਮਰ ਹੋਸਪਿਟਲ 'ਚ ਜਦੋਂ ਲੈ ਕੇ ਗਏ ਇਹਨਾਂ ਦਾ BP ਜਮੀ ਡਾਊਨ ਸੀਗਾ, ਅਤੇ ਉੱਥੇ ਜਾ ਕੇ ਡਾਕਟਰਾਂ ਨੇ ਵੀ ਸਾਨੂੰ ਕਹਿਤਾ ਵੀ ਨਹੀਂ ਤੁਹਾਡਾ ਮਰੀਜ਼ ਹੱਥ ਲੱਗਣ ਵਾਲਾ ਕੰਮ ਨਹੀਂ ਹੈਗਾ, ਸਾਨੂੰ ਵੀ ਵਾਪਸ ਲੈ ਜਾਓ। ਪਰ ਅਸੀਂ ਬਹੁਤ ਮਿੰਨਤਾਂ ਕਰੀਆਂ ਉਹਨਾਂ, ਸਾਰੇ ਜੀ ਬਹੁਤ ਜ਼ਿਆਦਾ ਮਨ ਦੁਖੀ ਸੀਗਾ ਕਿਉਂਕਿ ਇੱਕ ਭਰਾ ਹੈ ਮੇਰਾ ਹੈ ਨਾ, ਅਤੇ ਪਹਿਲਾਂ ਡੈਡੀ ਦੀ ਡੈਥ ਹੋ ਗਈ ਸੀ, ਅਤੇ ਉਦੋਂ ਬਾਅਦ 'ਚ ਜਾ ਕੇ ਫਿਰ ਉਹਨਾਂ ਨੇ ਜਦੋਂ ਆਪਰੇਸ਼ਨ 'ਤੇ ਲੈ ਕੇ ਗਏ ਕਹਿੰਦੇ ਵੀ ਇੱਕ ਘੰਟਾ ਵੀ ਆਪਰੇਸ਼ਨ ਦਾ ਸੀਗਾ, ਅਤੇ 10 ਮਿੰਟਾਂ ਦੇ ਵਿੱਚ ਉਹਨਾਂ ਨੇ ਆਪਰੇਸ਼ਨ ਬੰਦ ਕਰਤਾ, ਕਹਿੰਦੇ ਸਾਤੋਂ ਹੋ ਨਹੀਂ ਰਿਹਾ ਵੀ ਮਰੀਜ਼ ਤੁਹਾਡਾ ਹੈ ਨਹੀਂ। ਜਦੋਂ ਉਹਨਾਂ ਨੇ ਮਸ਼ੀਨ ਦੇ ਉੱਪਰ 1% ਸਾਹ ਚੱਲਦਾ ਸੀ, ਬਾਕੀ ਉਹ ਮਸ਼ੀਨ ਰਾਹੀਂ ਦੁਬਾਰੇ ਸੀਗੇ, ਫਿਰ ਇਹਨਾਂ ਨੂੰ 4-5 ਦਿਨ ਤਾਂ ਹੋਸ਼ ਆਇਆ ਨਹੀਂ ਹੈਗਾ, ਉਹਦੇ ਉੱਪਰ ਰਹੇ ਨੇਗੇ। ਅਤੇ 4th day ਜਾ ਕੇ ਜਦੋਂ ਇਹਨਾਂ ਨੂੰ ਸ਼ਾਮ ਨੂੰ 4 ਵਜੇ ਹੋਸ਼ ਆਇਆ, ਫਿਰ ਮਾੜੀ ਮਾੜੀ ਜਿਹੀ ਅੱਖ ਜੀ ਪੱਟਣ ਲੱਗੇ, ਫਿਰ ਵੀ ਡਾਕਟਰਾਂ ਨੇ ਸਾਨੂੰ ਕੁਛ ਨਹੀਂ ਕਿਹਾ ਹੈ, ਕਹਿੰਦੇ ਵੀ ਹਾਲੇ ਵੀ ਅਸੀਂ ਕੁਛ ਨਹੀਂ ਕਹਿ ਸਕਦੇ, ਅਸੀਂ ਪਰਮਾਤਮਾ ਵੱਲੋਂ ਅਰਦਾਸ ਕਰੋ, ਅਰਦਾਸਾਂ ਹੀ ਤੁਹਾਡੇ ਕੰਮ ਆਉਣਗੀਆਂ, ਵੀ ਅਸੀਂ ਕੁਛ ਨਹੀਂ ਕਰ ਸਕਦੇ। ਫਿਰ ਅਸੀਂ ਖਾਲਸਾ ਏਡ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਜਿਨ੍ਹਾਂ ਨੇ ਸਾਡੀ ਹੈਲਪ ਕੀਤੀ, ਅਤੇ ਉਹਨਾਂ ਨੇ 2.5 ਲੱਖ ਰੁਪਏ ਸਾਡੀ ਹੈਲਪ ਕੀਤੀ ਆ, ਵੀ ਅਸੀਂ ਦਿਲੋਂ ਸਾਰੇ ਪਰਿਵਾਰ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ।